ਪੰਜਾਬ ਪੁਲਿਸ ਵੱਲੋਂ ਚੋਰਾਂ ਸਨੈਚਰਾਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਦੌਰਾਨੇ ਨਾਕਾਬੰਦੀ ਅੱਜ ਸਾਡੀ ਪੁਲਿਸ ਪਾਰਟੀ ਨੇ ਇੱਕ ਦੋਸ਼ੀ ਅਤੇ ਵਿਨੋਦ ਕੁਮਾਰ ਉਰਫ ਵਿਨੋਦ ਪੁੱਤਰ ਛੇਦੀ ਲਾਲ ਵਰਮਾ ਮਹੱਲਾ ਬਲਦੇਵ ਨਗਰ ਜਲੰਧਰ ਨੂੰ ਕਾਬੂ ਕਰਕੇ ਉਹਦੇ ਕੋਲੋਂ ਕੁਛ ਚੋਰੀ ਦੇ ਵਹੀਕਲ ਬਰਾਮਦ ਕੀਤੇ ਨੇ ਅਤੇ ਉਹਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਵਾ। ਉਸ ਕੋਲੋਂ ਚੋਰੀ ਦੇ ਵਹੀਕਲ ਵੀ ਬਰਾਮਦ ਕੀਤੇ ਨੇ। ਅਗਲੀ ਤਫਤੀਸ਼ ਜਾਰੀ ਆ, ਉਸ ਕੋਲ ਪੁੱਛਗਿੱਛ ਦੌਰਾਨ ਜੋ ਤੱਥ ਸਾਹਮਣੇ ਆਉਣਗੇ ਬਰਾਮਦਗੀ ਕਰਕੇ ਅਗਲੀ ਤਫਤੀਸ਼ਾਂ ਵੱਲ ਲਿਆ ਕੇ ਪ੍ਰੈਸ ਨੂੰ ਬਰੀਫ ਕਰਤਾ ਜਾਵੇਗਾ।